ਸਤਿ ਸ਼੍ਰੀ ਅਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਅਤੇ ਲੁਧਿਆਣਾ ਤੋਂ ਇੱਕ ਲੜਕੀ ਜੋ ਕਿ ਕੰਨ ਦਾ ਇਲਾਜ ਕਰਵਾਉਣ ਦੇ ਲਈ ਬਠਿੰਡਾ ਗਈ ਸੀ ਤਾਂ ਇਸੇ ਦਰਮਿਆਨ ਹੀ ਬਠਿੰਡਾ ਦੇ ਵਿੱਚ ਉਸ ਲੜਕੀ ਦਾ ਇਲਾਜ ਹੁੰਦਾ ਅਤੇ ਇਸ ਬਾਬਤ ਜਿਹੜੇ ਡਾਕਟਰ ਨੇ ਉਹਨਾਂ ਦੇ ਵੱਲੋਂ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ। ਡਾਕਟਰ ਪ੍ਰਿਅੰਕਾ ਸਿੰਗਲਾ ਜਿਨ੍ਹਾਂ ਦਾ ਕਹਿਣਾ ਹੈ ਕਿ ਲੁਧਿਆਣਾ ਤੋਂ ਇਹ ਲੜਕੀ ਜਿਸਦੇ ਕੰਨ ਦੇ ਵਿੱਚ ਰੇਸ਼ਾ ਭਰਿਆ ਹੋਇਆ ਸੀ ਅਤੇ ਇਸੇ ਨੂੰ ਲੈ ਕੇ ਇਲਾਜ ਦੇ ਲਈ ਇਹ ਲੜਕੀ ਬਠਿੰਡਾ ਆਉਂਦੀ ਹੈ ਜਿੱਥੇ ਬਠਿੰਡਾ ਦੇ ਵਿੱਚ ਇਸਦਾ ਇਲਾਜ ਕੀਤਾ ਗਿਆ ਅਤੇ ਇਹਨਾਂ ਦਾ ਕਹਿਣਾ ਕਿ ਬਚਪਨ ਦੇ ਵਿੱਚ ਕਈ ਵਾਰ ਬੱਚਿਆਂ ਨੂੰ ਜਿਹੜੇ ਰੇਸ਼ੇ ਦੀ ਸਮੱਸਿਆ ਹੁੰਦੀ ਹੈ ਜਿਸ 'ਤੇ ਮਾਪਿਆਂ ਦੇ ਵੱਲੋਂ ਗੌਰ ਨਹੀਂ ਕੀਤਾ ਜਾਂਦਾ ਅਤੇ ਭਵਿੱਖ ਦੇ ਵਿੱਚ ਉਹ ਸਮੱਸਿਆ ਵੱਧ ਸਕਦੀ ਹੈ ਜਿਸ ਦੇ ਚੱਲਦਿਆਂ ਕਿ ਅਜਿਹੀ ਜਿਹੜੀ ਬਿਮਾਰੀ ਹੈ ਹੋ ਜਾਂਦੀ ਹੈ ਜਿਸ ਦੇ ਚੱਲਦਿਆਂ ਕਿ ਜਿਹੜੀ ਕੰਨ ਦੀ ਹੱਡੀ ਹੈ ਉਹ ਗਲ ਜਾਂਦੀ ਹੈ ਜਿਸ ਨਾਲ ਸੁਣਨ ਦੇ ਵਿੱਚ ਵੀ ਫਰਕ ਪੈਂਦਾ। ਹਾਲਾਂਕਿ ਇਹ ਲੜਕੀ ਜੋ ਕਿ ਇੱਥੇ ਇਲਾਜ ਦੇ ਲਈ ਬਠਿੰਡਾ ਪਹੁੰਚੀ ਸੀ ਤਾਂ ਉਸਦਾ ਇਲਾਜ ਵੀ ਕੀਤਾ ਗਿਆ ਅਤੇ ਡਾਕਟਰ ਦਾ ਕਹਿਣਾ ਕਿ ਕੰਨ ਦੇ ਵਿੱਚ ਸੁਣਨ ਦੀ ਵੀ ਇਸ ਨੂੰ ਸਮੱਸਿਆ ਸੀ ਜੋ ਕਿ ਹੁਣ ਠੀਕ ਹੋ ਚੁੱਕੀ ਹੈ ਅਤੇ ਇਸ ਦੇ ਨਾਲ ਉਹਨਾਂ ਸਲਾਹ ਵੀ ਦਿੱਤੀ ਹੈ ਕਿ ਜੇਕਰ ਛੋਟੇ ਕਿਸੇ ਬੱਚੇ ਨੂੰ ਕੰਨ 'ਚ ਦਰਦ ਜਾਂ ਰੇਸ਼ਾ ਤਾਂ ਤੁਰੰਤ ਡਾਕਟਰ ਕੋਲ ਜਾ ਕੇ ਇਸ ਦੀ ਜਾਂਚ ਕਰਵਾਈ ਜਾਵੇ ਅਤੇ ਏਅਰਬਰਡਸ ਜਾਂ ਫਿਰ ਹੋਰ ਕੋਈ ਤੀਲਾ ਕੰਨ ਦੇ ਵਿੱਚ ਨਹੀਂ ਮਾਰਨਾ ਚਾਹੀਦਾ। ਇਸ ਦੇ ਨਾਲ ਕੰਨ 'ਤੇ ਬੁਰਾ ਪ੍ਰਭਾਵ ਪੈਂਦਾ ਅਤੇ ਇਸ ਦੇ ਨਾਲ ਉਹਨਾਂ ਦੱਸਿਆ ਹੈ ਕਿ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਤੁਰੰਤ ਡਾਕਟਰਾਂ ਦੇ ਨਾਲ ਸੰਪਰਕ ਕਰਨਾ ਚਾਹੀਦਾ। ਮੇਰਾ ਨਾਮ ਡਾਕਟਰ ਪ੍ਰਿਅੰਕਾ ਹੈ, ਮੈਂ ਸਿਵਲ ਹੋਸਪਿਟਲ ਬਠਿੰਡਾ ਵਿੱਚ ਐਜ਼ ENT ਸਪੈਸ਼ਲਿਸਟ ਕੰਮ ਕਰ ਰਹੀ ਹਾਂ। ਇੱਕ ਲੜਕੀ ਮੇਰੇ ਕੋਲ ਲੁਧਿਆਣਾ ਤੋਂ ਆਈ ਸੀ, ਉਸਨੂੰ ਕੰਨ ਦੇ ਵਿੱਚ ਰੇਸ਼ਾ ਆਉਂਦਾ ਸੀ ਅਤੇ ਲੁਧਿਆਣਾ ਵਿੱਚ ਉਹਨੇ ਕਾਫੀ ਡਾਕਟਰਸ ਨੂੰ ਦਿਖਾਇਆ ਸੀ ਬਟ ਉਹਦਾ ਇਲਾਜ ਉੱਥੇ ਹੋ ਨਹੀਂ ਪਾਇਆ, ਇਸ ਕਰਕੇ ਉਹ ਇੱਥੇ ਬਠਿੰਡਾ ਸਿਵਲ ਹੋਸਪਿਟਲ ਵਿੱਚ ਆਈ। ਅਸੀਂ ਇੱਥੇ ਇਸ ਲੜਕੀ ਦਾ ਆਪਰੇਸ਼ਨ ਕੀਤਾ ਅਤੇ ਕਾਫੀ ਅੱਛਾ ਰਿਜ਼ਲਟ ਆਇਆ। ਪਹਿਲਾਂ ਇਸਨੂੰ ਸੁਣਾਈ ਨਹੀਂ ਦਿੰਦਾ ਸੀ ਅਤੇ ਕੰਨ ਵਗਦਾ ਸੀ, ਹੁਣ ਇਸਨੂੰ ਕੰਨ ਦੇ ਵਿੱਚ ਕੋਈ ਸਮੱਸਿਆ ਪ੍ਰੋਬਲਮ ਉਸਨੂੰ ਕੰਨ ਦੇ ਵਿੱਚ ਇੱਕ ਤਾਂ ਰੇਸ਼ਾ ਆਉਂਦਾ ਸੀ, ਦੂਜਾ ਉਸਨੂੰ ਸੁਣਾਈ ਘੱਟ ਦਿੰਦਾ ਸੀ ਕੰਨ ਦੇ ਵਿੱਚੋਂ ਅਤੇ ਬਟ ਆਪਰੇਸ਼ਨ ਤੋਂ ਬਾਅਦ ਹੁਣ ਮਰੀਜ਼ ਬਿਲਕੁਲ ਨੋਰਮਲ ਹੋ ਗਿਆ ਹੈ, ਬਿਲਕੁਲ ਉਸਨੂੰ ਕੋਈ ਸਮੱਸਿਆ ਨਹੀਂ। ਇਸ ਮਰੀਜ਼ ਦਾ ਇਲਾਜ ਥੋੜ੍ਹਾ ਲੰਬਾ ਚੱਲਿਆ ਕਿਉਂਕਿ ਇਸ ਮਰੀਜ਼ ਦੇ ਕੰਨ ਦੇ ਵਿੱਚ ਬਹੁਤ ਦਿੱਕਤ ਸੀ, ਆਪਰੇਸ਼ਨ ਵੀ ਕਾਫੀ ਕੰਪਲਿਕੇਟਡ ਸੀ ਅਤੇ ਆਪਰੇਸ਼ਨ ਤੋਂ ਬਾਅਦ ਵੀ ਥੋੜ੍ਹਾ ਲੰਬਾ ਟਾਈਮ ਇੱਥੇ ਇਸਨੂੰ ਐਡਮਿਟ ਰੱਖਣਾ ਪਿਆ ਕਿਉਂਕਿ ਕਾਫੀ ਕੰਪਲਿਕੇਟਡ ਕੇਸ ਸੀ। ਇਸਦਾ ਮੇਨ ਕਾਰਨ ਬਚਪਨ ਦੇ ਵਿੱਚ ਜਦੋਂ ਪੇਰੈਂਟਸ ਧਿਆਨ ਨਹੀਂ ਦਿੰਦੇ ਤਾਂ ਬੱਚੇ ਨੂੰ ਨੱਕ ਦੇ ਵਿੱਚ ਰੇਸ਼ੇ ਦੀ ਪ੍ਰੋਬਲਮ ਹੋਈ ਜਾਂ ਉਸ ਵੇਲੇ ਪ੍ਰੋਪਰ ਇਲਾਜ ਨਹੀਂ ਕਰਾਉਂਦੇ ਹੈ ਜਾਂ ਕੰਨ ਦੇ ਵਿੱਚ ਕੋਈ ਦਰਦ ਹੋਇਆ ਉਦੋਂ ਪ੍ਰੋਪਰ ਇਲਾਜ ਨਹੀਂ ਕਰਾਉਂਦੇ ਅਤੇ ਰੇਸ਼ਾ ਲੰਬੇ ਟਾਈਮ ਤੋਂ ਜਦੋਂ ਵੱਗਦਾ ਰਹਿੰਦਾ ਹੈ ਤਾਂ ਕੰਨ ਦੀ ਹੱਡੀ ਗਲਣਾ ਸ਼ੁਰੂ ਹੋ ਜਾਂਦੀ ਅਤੇ ਉਸ ਕਰਕੇ ਮਰੀਜ਼ ਦਾ ਕੰਪਲੀਕੇਸ਼ਨ ਵੱਧ ਜਾਂਦੀ ਹੈ। ਕੰਨ ਦੇ ਵਿੱਚ ਬਰਡਸ ਜਾਂ ਟੱਕਾ ਬਿਲਕੁਲ ਨਹੀਂ ਯੂਜ ਕਰਨਾ ਚਾਹੀਦਾ, ਇਸ ਨਾਲ ਮਰੀਜ਼ ਨੂੰ ਕਈ ਵਾਰੀ ਕੰਨ ਦੇ ਵਿੱਚ ਦਰਦ ਹੋ ਸਕਦਾ ਹੈ ਜਾਂ ਉਹਦੇ ਵੈਕਸ ਇੰਪੈਕਟ ਹੋ ਸਕਦੀ ਹੈ ਕੰਨ ਦੇ ਵਿੱਚ ਜਾਂ ਪਰਦਾ ਵੀ ਫਟ ਸਕਦਾ ਹੈ। ਖਾਰਸ਼ ਦੇ ਬਹੁਤ ਸਾਰੇ ਰੀਜ਼ਨਸ ਹੋ ਸਕਦੇ ਹੈ, ਜਿਸ ਤਰ੍ਹਾਂ ਕੰਨ ਦੇ ਵਿੱਚ ਫੰਗਸ ਹੋ ਸਕਦਾ ਹੈ, ਕਈ ਮਰੀਜ਼ਾਂ ਨੂੰ ਸਿਰਫ ਐਲਰਜੀ ਕਰਕੇ ਹੀ ਖਾਰਿਸ਼ ਬਹੁਤ ਹੁੰਦੀ ਹੈ ਜਾਂ ਕਈਆਂ ਨੂੰ ਬਹੁਤ ਤੇਜ਼ਾਬ ਬਣਦਾ ਹੈ ਉਸ ਕਰਕੇ ਵੀ ਖਾਰਿਸ਼ ਹੁੰਦੀ ਹੈ। ਸੋ ਇਸ ਕੰਡੀਸ਼ਨ ਦੇ ਵਿੱਚ ਮਰੀਜ਼ ਨੂੰ ਘਰ ਖੁਦ ਡੱਕਾ ਨਹੀਂ ਮਾਰਨਾ ਚਾਹੀਦਾ, ਡਾਕਟਰ ਕੋਲ ਜਾ ਕੇ ਪ੍ਰੋਪਰ ਇਲਾਜ ਕਰਾਉਣਾ ਚਾਹੀਦਾ। ਇਸ ਤਰ੍ਹਾਂ ਲੜਕੀ ਆਈ ਹੈ, ਲੁਧਿਆਣੇ ਵਰਗਾ ਬਹੁਤ ਵੱਡਾ ਸ਼ਹਿਰ ਹੈ, ਬਹੁਤ ਵੱਡੀ ਵੱਡੀ
ਆਫ ਸੀਐਮਸੀ ਡੀਐਮਸੀ ਵਗੈਰਾ ਲੱਗਦਾ ਜਦੋਂ ਇਸ ਤਰ੍ਹਾਂ ਹੁੰਦਾ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਸਾਨੂੰ ਮਰੀਜ਼ ਨੂੰ ਬਿਲਕੁਲ ਸਵਸਥ ਦੇਖ ਕੇ ਬਹੁਤ ਅੱਛਾ ਲੱਗਦਾ ਹੈ ਜਿਹੜਾ ਮਰੀਜ਼ ਇੰਨੀ ਪ੍ਰੋਬਲਮ ਵਿੱਚ ਆਇਆ ਹੁੰਦਾ ਹੈ ਉਸਨੂੰ ਅਸੀਂ ਪਹਿਲਾਂ ਇੰਨੀ ਦਿੱਕਤ 'ਚ ਦੇਖਿਆ ਹੁੰਦਾ ਹੈ ਜਦੋਂ ਬਿਲਕੁਲ ਨੋਰਮਲ ਹੋ ਜਾਂਦਾ ਤਾਂ ਬਹੁਤ ਅੱਛਾ ਫੀਲ ਹੁੰਦਾ ਇਸ ਦਾ ਮੌਸਮ ਦੇ ਨਾਲ ਜ਼ਿਆਦਾ ਲਿੰਕ ਤਾਂ ਨਹੀਂ ਹੁੰਦਾ ਹੈ ਬਟ ਸਪੋਜ਼ ਕਿਸੇ ਮਰੀਜ਼ ਨੂੰ ਸਭ ਐਲਰਜੀ ਹੈ ਉਹ ਕਿਸੇ ਪਰਟੀਕੁਲਰ ਮੌਸਮ 'ਚ ਅਗਰ ਜ਼ਿਆਦਾ ਹੁੰਦੀ ਹੈ ਤਾਂ ਕੰਨ ਦੇ ਵਿੱਚ ਰੇਸ਼ਾ ਵੀ ਫਿਰ ਜ਼ਿਆਦਾ ਵਗਣ ਦੀ ਦਿੱਕਤ ਹੋ ਸਕਦੀ ਹੈ ਘਰ ਦੇ ਵਿੱਚ ਇੱਕ ਤਾਂ ਬੱਚੇ ਨੂੰ ਸਪੋਜ਼ ਕੰਨ ਦੇ ਵਿੱਚ ਦਰਦ ਹੋਵੇ ਤਾਂ ਡਾਕਟਰ ਕੋਲ ਤੁਰੰਤ ਜਾਂਚ ਵਾਸਤੇ ਲੈ ਕੇ ਜਾਣਾ ਚਾਹੀਦਾ ਹੈ ਕੰਨ ਦੇ ਵਿੱਚ ਰੇਸ਼ੇ ਦੀ ਸਮੱਸਿਆ ਹੋਵੇ ਤਾਂ ਪ੍ਰੋਪਰ ਜਾਂਚ ਅਤੇ ਉਹਦਾ ਇਲਾਜ ਹੋਣਾ ਚਾਹੀਦਾ ਹੈ ਇਹਨਾਂ ਚੀਜ਼ਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਡਾਕਟਰ ਦੀ ਸਲਾਹ ਤੋਂ ਬਿਨਾਂ ਮਰੀਜ਼ ਨੂੰ ਦਵਾਈ ਨਹੀਂ ਲੈਣੀ ਚਾਹੀਦੀ ਕਿਉਂਕਿ ਇਸ ਨਾਲ ਮਰੀਜ਼ ਦਾ ਰੋਗ ਹੋਰ ਵੱਧ ਜਾਂਦਾ ਹੈ ਤੁਰੰਤ ਡਾਕਟਰ ਤੋਂ ਜਾਂਚ ਕਰਾ ਕੇ ਪ੍ਰੋਪਰ ਇਲਾਜ ਕਰਾਉਣਾ ਚਾਹੀਦਾ ਡੇਲੀ ਅਰਾਊਂਡ 80 ਤੋਂ ਲੈ ਕੇ 90 ਮਰੀਜ਼ ਆ ਜਾਂਦੇ ਹਨ ਸਾਡੇ ਕੋਲ ਓਪੀਡੀ ਦੇ ਵਿੱਚ ਕੰਨਾਂ ਦੀਆਂ ਮੇਨਲੀ ਤਾਂ ਕੰਨ ਵਗਣ ਦੀ ਬਿਮਾਰੀ ਕੰਨਾਂ ਵਿੱਚ ਉੱਲੀ ਦੀ ਸਮੱਸਿਆ ਜਾਂ ਕੰਨ ਦੇ ਵਿੱਚ ਸੋਜ ਦੀ ਸਮੱਸਿਆ ਜਾਂ ਕੰਨ ਦੇ ਵਿੱਚ ਬਹੁਤ ਸਾਰੇ ਮਰੀਜ਼ ਡੱਕਾ ਮਾਰ ਕੇ ਆ ਜਾਂਦੇ ਹਨ ਤਾਂ ਉਹਦੇ ਨਾਲ ਕਾਫੀ ਸੋਜਨ ਹੋ ਜਾਂਦੀ ਹੈ ਉਹਦੀ ਸਮੱਸਿਆ ਬਹੁਤ ਜ਼ਿਆਦਾ ਲੁਧਿਆਣਾ ਤੋਂ ਜੀ ਕੰਨ ਦੇ ਬਹੁਤ ਜ਼ਿਆਦਾ ਰੇਤਾ ਜੇ ਸੁਣਦਾ ਵੀ ਨਹੀਂ ਸੀ ਹੁਣ ਅਸੀਂ ਇਸ ਹਸਪਤਾਲ ਤੇ ਆਏ ਹਾਂ ਮੈਡਮ ਵੀ ਬਹੁਤ ਅੱਛੇ ਆ ਤੇ ਸਾਡਾ ਆਪਰੇਸ਼ਨ ਪਹਿਲਾਂ ਦਵਾਈ ਚਲਾਇਆ ਤੇ ਆਪਰੇਸ਼ਨ ਦੇ ਬਾਅਦ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਸੀ ਫਿਰ ਵੀ ਸੁਣਨ ਵੀ ਜ਼ਿਆਦਾ ਲੱਗਿਆ ਹੁਣ ਤਾਂ ਠੀਕ ਹੈ ਪੂਰੀ ਤਰ੍ਹਾਂ ਲੁਧਿਆਣੇ ਵਿੱਚ ਬਹੁਤ ਸਾਰੇ ਡਾਕਟਰਾਂ ਨੂੰ ਦਿਖਾਇਆ ਸੀ ਪ੍ਰਾਈਵੇਟ ਤੇ ਵੀ ਸਰਕਾਰੀ ਤੇ ਫਿਰ ਵੀ ਉੱਧਰ ਕੋਈ ਕੋਈ ਫਾਇਦਾ ਨਹੀਂ ਹੋਇਆ ਕਿੰਨੀ ਕੁ ਦੇਰ ਤੋਂ ਸੀ ਪ੍ਰੋਬਲਮ ਬਚਪਨ ਤੋਂ ਸੀ ਬਚਪਨ ਤੋਂ ਹੁਣ ਬਿਲਕੁਲ ਠੀਕ ਹੈ ਹਾਂਜੀ ਬਿਲਕੁਲ ਕਿਸ ਤਰ੍ਹਾਂ ਲੱਗਿਆ ਡਾਕਟਰਾਂ ਦਾ ਬਿਹੇਵੀਅਰ ਜਾਂ ਇਲਾਜ ਕਰਨ ਦਾ ਤਰੀਕਾ ਕਿਸ ਤਰ੍ਹਾਂ ਬਹੁਤ ਜ਼ਿਆਦਾ ਬੜੀਆ ਸੀ ਤੇ ਕੋਈ ਵੀ ਪ੍ਰੋਬਲਮ ਹੁੰਦੀ ਸੀ ਤਾਂ ਡਾਕਟਰ ਆਪਣੀ ਕਾਲ ਕਰਦੇ ਤੇ ਫਿਰ ਆ ਜਾਂਦੇ ਤੁਰੰਤ ਚਾਹੇ ਮੰਨ ਸੰਡੇ ਹੋਵੇ ਚਾਹੇ ਕੁਛ ਕੋਈ ਕਿਹੜਾ ਵੀ ਦਿਨ ਬਹੁਤ ਘੱਟ ਲੱਗੇ ਬਾਕੀ ਪ੍ਰਾਈਵੇਟਾਂ ਤੇ ਬਹੁਤ ਜ਼ਿਆਦਾ ਲੱਗੇ ਮੇਰਾ ਵਿਦਿਆ ਦੇਵੀ ਲੁਧਿਆਣੇ ਮੇਰੇ ਇੱਕ ਰਿਸ਼ਤੇਦਾਰ ਥੇ ਬਠਿੰਡੇ ਮੇ ਕੰਨ ਮੇ ਦਰਦ ਹੋਤਾ ਥਾ ਵੈਸੇ ਨਿਕਲਤੇ ਥੇ ਇਲਾਜ ਕਰਵਾਇਆ ਠੀਕ ਹੈ ਹਾਂ ਅਭੀ ਇਲਾਜ ਕਰਵਾਇਆ ਬਹੁਤ ਵਧੀਆ ਕਿਤਨੀ ਦੇਰ ਸੇ 15 ਸਾਲ ਸੇ ਥੇ ਜਾਣਾ ਮੈਂ ਕਭੀ ਦਿਖਾਇਆ ਕਿਸੀ ਡਾਕਟਰ ਨਹੀਂ ਬਹੁਤ ਡਾਕਟਰ ਸੇ ਦਿਖਾਇਆ ਅਬ ਯਹਾਂ ਆ ਕੇ ਠੀਕ ਹੋ ਗਿਆ ਹਾਂ ਯਹਾਂ ਪ੍ਰਾਈਵੇਟ ਡਾਕਟਰ ਕੋ ਕਿਤਨਾ ਪੈਸਾ ਲਗਾ ਜਾਂ ਇੱਕ ਵਾਰ ਤਾਂ ਗਈ ਥੀ ਪ੍ਰਾਈਵੇਟ ਮੇ 21,000 ਮੰਗੇ ਥੇ 21,000 ਯਹਾਂ ਲਗਿਆ
ਨਹੀਂ ਆਉਣਾ ਚਾਹੀਏ। ਹਾਂ ਸਹੀ ਹੈ, ਵਧੀਆ ਹੈ।